ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਨੌਜਵਾਨ ਏਕਤਾ ਜ਼ਿੰਦਾਬਾਦ ਕਾਲੇ ਕਾਨੂੰਨ ਬੰਦ ਕਰੋ ਕਾਲੇ ਕਾਨੂੰਨ ਬੰਦ ਕਰੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਜੀ ਸਾਰੇ ਪੰਜਾਬ 'ਚ ਜਿਹੜਾ 26 ਤਰੀਕ ਦੀ ਜਥੇ ਮੰਡੀਆਂ ਵੱਲੋਂ ਕਾਲ ਦਿੱਤੀ ਗਈ ਹੈ ਟਰੈਕਟਰ ਮਾਰਚ ਦਿੱਲੀ 'ਚ ਅਸੀਂ ਕਰਨਾ ਟਰੈਕਟਰ ਅੰਦਰ ਵਾੜਨੇ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਬੈਠਿਆਂ ਨੂੰ ਤਾਂ 2 ਮਹੀਨੇ ਹੋ ਗਏ ਪਰ ਹੁਣ ਸਾਡਾ ਸਰਕਾਰ ਸਾਡੀ ਗੱਲ ਨਹੀਂ ਮੰਨ ਰਹੀ ਸੀ ਤਾਂ ਹੁਣ ਜਿਹੜਾ ਸਾਡਾ ਅਗਲਾ ਐਕਸ਼ਨ ਹੈ 26 ਤਰੀਕ ਨੂੰ ਉਹਨਾਂ ਨੇ 26 ਮਾਰਚ ਮਨਾਉਣੀ ਹੈ ਅਤੇ ਅਸੀਂ ਕਿਸਾਨਾਂ ਨੇ ਪਹਿਲੀ ਵਾਰੀ ਇਤਿਹਾਸ 'ਚ ਟਰੈਕਟਰਾਂ ਨਾਲ 26 ਮਾਰਚ ਮਨਾਉਣੀ ਹੈ ਅਤੇ ਇਤਿਹਾਸ 'ਚ ਇਹ ਪਹਿਲੀ ਵਾਰੀ ਹੋਊਗਾ ਵੀ ਇੰਨੇ ਟਰੈਕਟਰ ਦਿੱਲੀ ਦੀਆਂ ਸੜਕਾਂ 'ਤੇ ਤੁਰਨਗੇ ਸੋ ਸਾਰੇ ਭਰਾ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰ ਤੋਂ ਜਥੇਬੰਦੀ ਕਲਾਲ ਤੋਂ ਇਹ ਸਾਰੇ ਵੀਰ ਟੋਲ ਪਲਾਜ਼ੇ ਤੋਂ ਇੱਥੇ ਨੇੜੇ ਤੇੜੇ ਪਿੰਡਾਂ ਦੇ ਭਰਾ ਚੱਲੇ ਆ ਜੀ ਦਿੱਲੀ ਨੂੰ 26 ਤਰੀਕ ਦੀ ਤਿਆਰੀ ਵਾਸਤੇ ਜਿੱਦਾਂ ਸਾਰੇ ਪੰਜਾਬ 'ਚੋਂ ਟਰੈਕਟਰ ਜਾ ਰਹੇ ਨੇ ਇੱਦਾਂ ਵੀ ਇੱਥੋਂ ਮੇਰੇ ਹਿਸਾਬ ਨਾਲ 400-500 ਟਰੈਕਟਰ ਹੈ ਜਿਹੜਾ ਦਿੱਲੀ ਲਈ ਰਵਾਨਾ ਹੋ ਰਿਹਾ ਨੇੜੇ ਤੇੜੇ ਦੇ ਸਾਰੇ ਪਿੰਡਾਂ ਦੇ ਭਰਾ ਨੇ ਕੋਈ ਵੀ ਮੈਨੂੰ ਨਹੀਂ ਲੱਗਦਾ ਕਿਸੇ ਪਰਿਵਾਰ 'ਚੋਂ ਕੋਈ ਬੰਦਾ ਬਚਿਆ ਹੋਊਗਾ ਜਿਹੜਾ ਨਹੀਂ ਜਾ ਰਿਹਾ ਸਾਰਿਆਂ ਦੀ ਤਿਆਰੀ ਹੈ ਜੀ ਅੱਜ ਤੁਸੀਂ ਵੇਖ ਰਹੇ ਹੋ ਕਿ ਸਾਰੇ ਪੰਜਾਬ ਵਿੱਚ ਬੱਚੇ ਵਿੱਚ ਔਰ ਮੈਂ ਤਾਂ ਇਹ ਸਮਝਦੀ ਹਾਂ ਕਿ ਅੱਜ ਪੂਰੇ ਹਿੰਦੁਸਤਾਨ ਵਿੱਚ ਤਿਆਰੀਆਂ ਹੋ ਰਹੀਆਂ ਨੇ ਇਸ ਵਾਰੀ ਗਣਤੰਤਰ ਦਿਵਸ ਇੱਕ ਅਲੱਗ ਗਣਤੰਤਰ ਦਿਵਸ ਹੋਏਗਾ ਕਿਉਂਕਿ ਹਰ ਹਿੰਦੁਸਤਾਨੀ ਜਿਹੜਾ ਇੱਥੇ ਜੰਮਿਆ ਅੱਜ ਉਹ ਕਿਸਾਨਾਂ ਦੇ ਨਾਲ ਹੈ ਔਰ ਸਾਰੀ ਦਿੱਲੀ ਪਹੁੰਚ ਰਹੇ ਨੇ ਤੁਸੀਂ ਦੇਖੋ ਹਰ ਘਰ 'ਚ ਤਿਆਰੀ ਹੋ ਰਹੀ ਹੈ ਕਿ ਅਸੀਂ 26 ਜਨਵਰੀ ਦਿੱਲੀ ਮਨਾਉਣੀ ਹੈ ਤਿਆਰੀਆਂ ਤਾਂ ਹੌਸਲੇ ਲੈ ਕੇ ਚੱਲੇ ਹਾਂ ਔਰ ਇੱਕ ਜਿਹੜੀ ਅੰਦਰ ਭਾਵਨਾ ਹੈ ਜੋ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦਿੱਤੀਆਂ ਦੇ ਕਿ ਅਸੀਂ ਆਪਣੇ ਹੱਕ ਸੱਚ ਦੀ ਜਿਹੜੀ ਆਵਾਜ਼ ਲੈ ਕੇ ਚੱਲੇ ਹਾਂ ਇਹ ਸਾਡੀ ਤਿਆਰੀ ਹੈ ਕਿ ਅਸੀਂ ਸੱਚਾਈ ਲੈ ਕੇ ਤੋਰੇ ਹਾਂ ਔਰ ਹਰ ਬੰਦਾ ਸੱਚਾਈ ਲੈ ਕੇ ਆ ਰਿਹਾ ਦਿੱਲੀ ਤਾਂ ਕਿ ਜਿਹੜੀਆਂ ਸਰਕਾਰਾਂ ਜਿਹੜੇ ਲੀਡਰ ਲੋਕ ਉਹਨਾਂ ਨੂੰ ਲੱਗਣ ਲੱਗ ਜਾਂਦਾ ਹੈ ਕਿ ਜੋ ਮੈਂ ਸੋਚ ਰਿਹਾ ਜੋ ਮੇਰੀ ਨਿੱਜੀ ਰਾਏ ਹੈ ਉਹੀ ਸੱਚ ਹੈ ਔਰ ਉਹ ਆਪਣੇ ਹਿਸਾਬ ਨਾਲ ਲੋਕਾਂ ਨੂੰ ਚਲਾਉਣਾ ਚਾਹੁੰਦਾ ਹੈ ਤਾਂ ਮੈਂ ਹਮੇਸ਼ਾ ਇਹੀ ਮਹਿਸੂਸ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹਮੇਸ਼ਾ ਸੰਗਤ ਦੀ ਆਵਾਜ਼ ਸੁਣੀ ਹੈ ਅਤੇ ਅੱਜ ਇਹ ਸੰਗਤ ਦੀ ਆਵਾਜ਼ ਹੈ ਤਾਂ ਸੰਗਤ ਦੀ ਆਵਾਜ਼ ਦਿੱਲੀ ਜਾ ਰਹੀ ਹੈ ਔਰ ਮੈਂ ਅਰਦਾਸਾਂ ਕਰਦੀ ਹਾਂ ਕਿ ਦਿੱਲੀ ਨੂੰ ਜਲਦੀ ਸੰਗਤ ਦੀ ਆਵਾਜ਼ ਸੁਣੇ ਔਰ ਸਾਡੇ ਲੋਕ ਸੁੱਖ ਦਾ ਸਾਹ ਲੈਣ